ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਦੂਸਰੇ ਜ਼ਿਲ੍ਹਿਆਂ ਤੋਂ ਆ ਕੇ ਇਲੀਗਲ ਇੱਟ ਵਿਕ ਰਹੀ ਹੈ, ਜਿਹੜੀ ਕਿ ਇਹ ਥਰਡ ਕਲਾਸ ਕੁਆਲਿਟੀ ਦੀ ਇੱਟ ਹੁੰਦੀ ਹੈ। ਉੱਥੇ ਜਿਹੜੀ ਆ ਇਹ ਜਾਨਵਰਾਂ ਦਾ ਜਿਹੜਾ ਭੂਸਾ ਵਾ ਉਹਦੇ ਨਾਲ ਇੱਟ ਪਕਾਉਂਦੇ ਆ। ਇੱਕ ਤੇ ਜਾਨਵਰਾਂ ਦਾ ਜਿਹੜਾ ਚਾਰਾ ਉਹਦੇ ਨਾਲ ਖਤਮ ਹੋ ਰਿਹਾ ਵਾ, ਨੰਬਰ ਦੋ ਜਿਹੜਾ ਲੋਕਾਂ ਦਾ ਆਸ਼ਿਆਨਾ ਕਮਜ਼ੋਰ ਹੋ ਰਿਹਾ ਵਾ। ਇੱਕ ਫੂਡ ਸਪਲਾਈ ਦਾ ਐਕਟ ਆ ਜਿਹਦੇ ਵਿੱਚ ਦੂਸਰੇ ਜ਼ਿਲ੍ਹੇ ਚ ਜਾ ਕੇ ਇੱਟ ਰੀਸੇਲ ਨਹੀਂ ਕਰ ਸਕਦੇ। ਸੇਲ ਟੈਕਸ ਐਕਟ ਦੇ ਵਿੱਚ ਭੱਠੇ ਜਿਹੜੇ ਆ ਸਾਰੇ ਹੈਗੇ ਆ ਲੰਬਸਮ ਦੇ ਵਿੱਚ, ਲੰਬਸਮ ਦੇ ਵਿੱਚ ਜਿਹੜੇ ਆ ਉਹ ਆ ਕੇ ਟ੍ਰੇਡਿੰਗ ਨਹੀਂ ਕਰ ਸਕਦੇ। ਇੱਥੇ ਆ ਕੇ ਜਿਹੜੇ ਇੱਟ ਰੀਸੇਲ ਕਰ ਰਹੇ ਆ ਉਹ ਸੇਲ ਡਿਪਾਰਟਮੈਂਟ ਦੀ ਵੀ ਉਲੰਘਣਾ ਕਰ ਰਹੇ ਆ, ਫੂਡ ਸਪਲਾਈ ਡਿਪਾਰਟਮੈਂਟ ਦੇ ਕਾਨੂੰਨ ਦੀ ਵੀ ਉਲੰਘਣਾ ਕਰ ਰਹੇ ਆ। ਓਵਰਲੋਡ ਗੱਡੀਆਂ ਆ ਰਹੀਆਂ ਵਾ, ਜਦੋਂ ਕਿ ਇੱਕ ਗੱਡੀ ਦੇ ਵਿੱਚ 2,500 ਤੋਂ ਵੱਧ ਇੱਟ ਨਹੀਂ ਆ ਸਕਦੀ, 10,000 ਇੱਟ ਪਾ ਕੇ ਆ ਰਹੇ ਆ। ਵੱਡੇ ਟਰਾਲੇ ਜਿਹੜੇ ਉਹ 15,000 ਤੋਂ 18,000 ਇੱਟ ਪਾ ਕੇ ਆ ਰਹੇ ਆ। ਰੋਜ਼ 50 ਤੋਂ 60 ਲੱਖ ਰੁਪਏ ਦੀ ਸੇਲ ਜਿਹੜੀ ਆ ਗੈਰ ਕਾਨੂੰਨੀ ਹੋ ਰਹੀ ਆ। ਅਸੀਂ ਇਹਦੇ ਵਾਸਤੇ ਡੀਸੀ ਸਾਹਿਬ ਨੂੰ ਮਿਲੇ ਸੀ, ਫੂਡ ਸਪਲਾਈ ਡਿਪਾਰਟਮੈਂਟ ਨੂੰ ਮਿਲੇ ਸੀ, SSP ਸਾਹਿਬ ਨੂੰ, ਸੇਲ ਟੈਕਸ ਵਾਲਿਆਂ ਨੂੰ, ATC ਮੈਡਮ ਨੂੰ, ਸਾਰਿਆਂ ਨੂੰ ਆਪਣੇ ਹੀ ਮੈਮੋਰੰਡਮ ਦਿੱਤੇ ਸੀ। ਅੱਜ ਹੁਣ ਫੂਡ ਸਪਲਾਈ ਵਾਲੇ ਪਹਿਲੇ ਵੀ ਰੇਡ ਕਰਦੇ ਰਹੇ ਆ ਪਰ ਗੱਡੀਆਂ ਦੌੜ ਜਾਂਦੀਆਂ ਨੇ। ਅੱਜ ਉਹਨਾਂ ਨੇ ਪੁਲਿਸ ਵਾਲਿਆਂ ਨਾਲ ਮਿਲ ਕੇ ਰੇਡ ਕੀਤੀ ਆ, ਉਹਨਾਂ ਨੇ ਅਜੇ ਗੱਡੀਆਂ ਰੋਕੀਆਂ ਵਾ, ਕੁਛ ਗੱਡੀਆਂ ਇੱਥੇ ਰੋਕੀਆਂ ਵਾ ਉਹਨਾਂ ਨੇ, ਜਿਹੜੀਆਂ ਲੋਡ ਹੁੰਦੀਆਂ ਪਈਆਂ ਉਹ ਅੱਧੀਆਂ ਭਰੀ ਦੀਆਂ ਵਾ, ਅੱਧੀਆਂ ਦੂਸਰੀਆਂ ਜਿਹੜੀਆਂ ਲੋਡ ਕਰਾਉਂਦੀਆਂ ਪਈਆਂ ਉਹ ਭਰੀ ਦੀਆਂ ਖਾਲੀ ਆ। ਉਹ ਗੱਡੀਆਂ ਛੱਡ ਕੇ ਡਰਾਈਵਰ ਇੱਥੋਂ ਦੌੜ ਗਏ ਆ। ਫੂਡ ਸਪਲਾਈ ਐਕਟ ਵਾਲੇ ਜਿਹੜੇ ਆ ਉਹ ਕਹਿੰਦੇ ਆ ਬਈ ਅਸੀਂ ਆਪਣੀ ਜਿਹੜੇ ਜੋ ਕਾਰਵਾਈ ਕਾਨੂੰਨ ਦੇ ਬਣਾ ਕੇ ਪੁਲਿਸ ਡਿਪਾਰਟਮੈਂਟ ਨੂੰ ਅਸੀਂ ਮੇਲ ਕਰ ਦਿੰਦੇ ਆ। ਇੱਟ ਜਿਹੜੀ ਆ ਜੀ ਸੰਗਰੂਰ ਤੋਂ, ਮੋਗੇ ਤੋਂ, ਆਪਣੇ ਬੁਢਲਾਡੇ ਤੋਂ ਦੂਸਰੇ ਜ਼ਿਲ੍ਹਿਆਂ ਤੋਂ ਆ ਕੇ ਇੱਥੇ ਇੱਟ ਦੀ ਸੇਲ ਕੀਤੀ ਜਾਂਦੀ ਹੈ। ਅੱਜ ਸੁਬਹਾ ਸੁਰਿੰਦਰ ਕੁਮਾਰ, AFSO ਸਾਹਿਬ, ਇੰਸਪੈਕਟਰ ਨਵੀਨ ਸਿੰਘ, ਉਹਨਾਂ ਦੀ ਟੀਮ ਆਈ ਸੀਗੀ ਸੁਬਹਾ। ਹੁਣ ਇੱਥੇ ਹਰਿਆਲ ਪਿੰਡ 'ਚ ਕੋਈ ਬਾਹਰ ਦੇ ਭੱਠਿਆਂ ਤੋਂ ਆ ਕੇ ਇੱਥੇ ਇੱਟਾਂ ਲੱਗਦੀਆਂ ਨੇ ਅਤੇ ਅੱਗੇ ਹਿਮਾਚਲ ਨੂੰ ਸੇਲ ਕੀਤੀ ਜਾਂਦੀ ਹੈ। ਉਹਨਾਂ ਇੱਥੇ ਜਗ੍ਹਾ 'ਤੇ ਆ ਕੇ ਰੇਡ ਕੀਤੀ ਹੈ ਅਤੇ ਉਹਨਾਂ ਕਿਹਾ ਵੀ ਗੈਰ ਕਾਨੂੰਨੀ ਹੈ ਅਤੇ ਉਹਨਾਂ ਗੱਡੀਆਂ 7 ਗੱਡੀਆਂ ਕਬਜ਼ੇ 'ਚ ਲਈਆਂ ਨੇ ਅਤੇ ਇਸ ਸੰਬੰਧੀ ਹਜੇ ਉਹ ਸਾਨੂੰ ਅੱਗੇ ਲਿਖ ਕੇ ਭੇਜਣਗੇ ਵੀ ਇਸ ਦੀ FIR ਕਿਸ ਸੈਕਸ਼ਨ ਦੇ ਅਧੀਨ ਦਰਜ ਕੀਤੀ ਜਾਵੇ। ਉਹ ਜੇ ਲੈਟਰ ਆਇਆ ਨਹੀਂ, ਜਦੋਂ ਆ ਜਾਂਦਾ ਅਸੀਂ ਜੋ ਵੀ ਜੈਸਾ ਵੀ ਲਿਖਿਆ ਹੈਗਾ ਉਸ ਅਨੁਸਾਰ ਇਹਨਾਂ ਨੂੰ ਦਾਖਲ ਕਰ ਦਿੱਤਾ। ਅਤੇ ਸਰ ਕੀ ਪਹਿਲਾਂ ਵੀ ਇੱਥੇ ਜਿਹੜੀ ਵੈਧ ਰੂਪ 'ਚ ਜਿਹੜੀ ਹੁੰਦੀ ਹੈ ਇਸ ਸੰਬੰਧੀ, ਕਿਉਂਕਿ ਮੈਂ ਹਜੇ ਰੀਸੈਂਟਲੀ ਇੱਥੇ 15 ਦਿਨ ਹੋਏ ਜੁਆਇਨ ਕੀਤਾ ਹੈ, ਮੇਰੇ ਨੌਲੇਜ 'ਚ ਨਹੀਂ ਹੈ ਕਿਉਂਕਿ ਸਿਵਲ ਸਪਲਾਈ ਦੇ ਡਿਪਾਰਟਮੈਂਟ ਨੇ ਹੁਣੇ ਹੀ ਆ ਕੇ ਸਾਡੀ ਇਹ ਨੋਟਿਸ ਕਰ ਲਿਆਂਦੀ।